ਸਤਿ ਸ਼੍ਰੀ ਅਕਾਲ ਜੀ। ਹਰ ਹਫ਼ਤੇ ਦੀ ਤਰ੍ਹਾਂ ਇਸ ਹਫ਼ਤੇ ਵੀ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਸ਼ੋਅ ਬਿਜ਼ਨਸ ਆਫ ਦਾ ਵੀਕ। ਐਂਡ ਇਨ ਦਿਸ ਵੀਕ ਵੀ ਹੈਵ ਸਮਥਿੰਗ ਸਪੈਸ਼ਲ ਫੋਰ ਯੂ। ਮੈਨੂੰ ਪਤਾ ਮੇਰੇ ਘਰ ਦੇ ਵਿੱਚ ਤਾਂ ਬਹੁਤ ਸਾਰੇ ਰਿਸ਼ਤੇਦਾਰਾਂ ਦੇ ਵਿੱਚ, ਮੇਰੇ ਯਾਰਾਂ ਮਿੱਤਰਾਂ ਦੇ ਵਿੱਚ, ਮੇਰੇ ਦੋਸਤਾਂ ਦੇ ਵਿੱਚ ਬਹੁਤ ਵਧੀਆ ਲੋਕ ਨੇ, ਕੋਈ ਖਾਣਾ ਬਣਾਉਂਦੇ ਹਨ। ਸ਼ੁਰੂਆਤ ਘਰ ਤੋਂ ਹੁੰਦੀ ਹੈ ਔਰ ਜਦ ਕੋਈ ਵਧੀਆ ਖਾਣਾ ਬਣਾਉਂਦਾ ਤਾਂ ਅਸੀਂ ਉਹਦੀ ਤਾਰੀਫ ਵੀ ਕਰਦੇ ਹਾਂ ਔਰ ਉਹਨੂੰ ਕਹਿੰਦੇ ਵੀ ਹਾਂ ਯਾਰ ਮਜ਼ਾ ਆ ਗਿਆ, ਸਵਾਦ ਆ ਗਿਆ। ਅਤੇ ਇਹ ਮੈਨੂੰ ਲੱਗਦਾ ਕਿ ਵਿਰਾਸਤ ਦੇ ਵਿੱਚ ਪੰਜਾਬੀਆਂ ਨੂੰ ਖਾਣਾ ਬਣਾਉਣਾ ਅਤੇ ਖਾਣਾ ਖਾਣਾ ਸਾਨੂੰ ਮਿਲਿਆ ਹੋਇਆ। ਲੇਕਿਨ ਅੱਜ ਇਸ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਮੈਂ ਜਿਸ ਸਕਸੈਸਫੁਲ ਐਂਟਰਪ੍ਰੀਨਰ ਨਾਲ ਤੁਹਾਨੂੰ ਮਿਲਵਾਵਾਂਗਾ, ਉਹਨਾਂ ਦੀ ਸ਼ੁਰੂਆਤ ਵੀ ਐਵੇਂ ਹੀ ਹੋਈ ਸੀ। ਘਰ ਦੇ ਵਿੱਚ ਉਹਨਾਂ ਨੂੰ ਸ਼ੌਂਕ ਸੀਗਾ ਪਾਰਟੀ ਕਰਨ ਦਾ, ਦੋਸਤ ਆਉਂਦੇ ਸੀਗੇ, ਫੈਮਿਲੀ ਫਰੈਂਡਸ ਆਉਂਦੇ ਸੀਗੇ, ਕਹਿੰਦੇ ਸੀਗੇ ਯਾਰ ਮਜ਼ਾ ਆ ਗਿਆ ਯਾਰ, ਤੂੰ ਬਹੁਤ ਵਧੀਆ ਖਾਣਾ ਬਣਾਉਣਾ, ਕਿਉਂ ਨਹੀਂ ਤੂੰ ਆਪਣਾ ਰੈਸਟੋਰੈਂਟ ਖੋਲ੍ਹਦਾ। ਉਹਨਾਂ ਨੇ ਕਿਹਾ ਯਾਰ ਕਿੱਥੇ ਰੈਸਟੋਰੈਂਟ, ਮੇਰੇ ਕੋਲ ਟਾਈਮ ਹੈਗਾ, ਵਧੀਆ ਉਹਨਾਂ ਦੀ ਜੌਬ ਚੱਲ ਰਹੀ ਸੀਗੀ, ਵਧੀਆ ਉਹਨਾਂ ਦਾ ਹੋਰ ਕੰਮ ਸੀਗੇ। ਲੇਕਿਨ ਫੈਮਿਲੀ ਫਰੈਂਡਸ ਨੇ ਕਿਹਾ ਕਿ ਯੂ ਸ਼ੁੱਡ ਓਪਨ ਯੂਰ ਓਨ ਰੈਸਟੋਰੈਂਟ। ਅਤੇ ਅੱਜ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਸੰਨੀ ਸੋਢੀ ਭਾਅ ਜੀ ਨੇ, ਜਿਨ੍ਹਾਂ ਨੇ ਆਪਣੇ ਫਰੈਂਡਸ ਦੀ ਗੱਲ ਨੂੰ ਮੰਨਿਆ ਔਰ ਰੌਕਵੇ ਗ੍ਰਿਲ ਇੰਡੀਅਨ ਕੁਜ਼ੀਨ ਰਿਚਮੰਡ ਹਿੱਲ ਏਰੀਆ, ਕੁਈਨਸ ਏਰੀਆ, ਨਿਊਯਾਰਕ ਦੇ ਵਿੱਚ ਇਸ ਫਰੈਂਚਾਈਜ਼ੀ ਨੂੰ ਖੋਲ੍ਹਿਆ। ਖੁਦ ਆਪ ਦੀ ਇਹਨਾਂ ਦੀ ਮੈਰੀਨੇਸ਼ਨ ਹੁੰਦੀ ਹੈ ਔਰ ਮੈਰੀਨੇਸ਼ਨ ਦੀ ਗੱਲ ਹੁੰਦੀ ਹੈ ਤਾਂ ਬਾਰਬੀਕਿਊ, ਭਾਵੇਂ ਵੱਖ ਵੱਖ ਜਿਹੜੇ ਸਾਡੇ ਐਪੇਟਾਈਜ਼ਰਸ ਨੇ, ਸਾਡੇ ਜਿਹੜੇ ਸਟਾਰਟਰਸ ਨੇ, ਵੈਜ ਨੌਨ ਵੈਜ, ਖੁਦ ਆਪ ਮੈਰੀਨੇਟ ਕਰਦੇ ਹਨ। ਵੇਖ ਪਾ ਰਹੇ ਹਾਂ ਬੜੇ ਹੀ ਫਿੰਗਰ ਲਿਕਿੰਗ ਇਸ ਟਾਈਮ ਤੰਦੂਰੀ ਚਿਕਨ ਵੇਖਣ ਨੂੰ ਮਿਲ ਰਿਹਾ ਐਂਡ ਬਹੁਤ ਕੁਛ ਹੋਰ ਵੇਖਣ ਨੂੰ ਮਿਲੇਗਾ। ਸੰਨੀ ਸੋਢੀ ਭਾਅ ਜੀ ਕਿਵੇਂ ਮੋਟੀਵੇਟ ਹੋਏ ਔਰ ਕਿਵੇਂ ਉਹਨਾਂ ਦੇ ਜ਼ਿਹਨ ਦੇ ਵਿੱਚ ਆਇਆ ਰੌਕਵੇ ਗ੍ਰਿਲ ਔਰ ਕੀ ਹੈ ਇਹਨਾਂ ਦਾ ਕੰਸੈਪਟ ਔਰ ਕਿਵੇਂ ਇਹ ਫਰੈਂਚਾਈਜ਼ੀ ਪੰਜਾਬੀਆਂ ਦੇ ਵਿੱਚ ਹੋ ਰਹੀ ਹੈ ਫੇਮਸ ਪੂਰੇ ਨਿਊਯਾਰਕ ਦੇ ਵਿੱਚ, ਕਰਾਂਗੇ ਅੱਜ ਬਿਜ਼ਨਸ ਆਫ ਦਾ ਵੀਕ ਸੰਨੀ ਸੋਢੀ ਭਾਅ ਜੀ ਦੇ ਨਾਲ। ਆਈ ਵੁੱਡ ਲਾਈਕ ਟੂ ਇੰਟਰੋਡਿਊਸ ਯੂ ਸੰਨੀ ਸੋਢੀ ਭਾਅ ਜੀ ਫੋਰ ਦਾ ਰੌਕਵੇ ਗ੍ਰਿਲ ਐਂਡ ਬਹੁਤ ਹੀ ਸੋਹਣਾ ਕੋਨਸੈਪਟ ਇਹਨਾਂ ਦਾ ਐਂਡ ਬਹੁਤ ਹੀ ਸੋਹਣਾ ਇਹਨਾਂ ਦਾ ਮੈਨਿਊ ਜਿਹਦੇ ਵਿੱਚ ਵੱਖ ਵੱਖ ਕੁਜ਼ੀਨਸ ਨੇ, ਅਤੇ ਕਿਵੇਂ ਇਹਨਾਂ ਦੇ ਜ਼ਿਹਨ ਦੇ ਵਿੱਚ ਆਇਆ ਹੈ ਕੋਨਸੈਪਟ ਔਰ ਕਿਵੇਂ ਹੋਈ ਇਹਨਾਂ ਦੀ ਸ਼ੁਰੂਆਤ, ਆਓ ਜਾਣਦੇ ਹਾਂ ਇਸ ਭਾਗ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਫੋਰ ਯੂਰ, ਤੁਹਾਡਾ ਕੀਮਤੀ ਸਮਾਂ ਅਸੀਂ ਲੈ ਰਹੇ ਹਾਂ ਅੱਜ ਇਸ ਤੁਹਾਡੇ ਰੁਝੇਵਿਆਂ ਦੇ ਵਿੱਚ। ਬਟ ਵਟ ਯੂ ਲਾਈਕ ਟੂ ਟੈਲ ਟੂ ਆਰ ਵਿਊਅਰਸ ਰਾਈਟ ਨਾਓ? ਸਤਿ ਸ਼੍ਰੀ ਅਕਾਲ ਟੂ ਜਸ ਪੰਜਾਬੀ ਵਿਊਅਰਸ। ਅਸੀਂ ਇਹ ਰੈਸਟੋਰੈਂਟ ਜੀ ਪਿਛਲੇ ਸਾਲ ਮਈ ਦੇ ਵਿੱਚ ਖੋਲ੍ਹਿਆ ਸੀ ਅਤੇ ਇਹ ਇਲਾਕਾ ਜਿਹੜਾ ਹੈਗਾ ਬੇਸਿਕਲੀ ਜਮਾਇਕਾ ਪੈਂਦਾ ਹੈ, ਇੱਥੇ ਪੰਜਾਬੀ ਘੱਟ ਨੇ, ਬਟ ਜੇ ਐੱਫ ਕੇ ਨਾਲ ਹੋਣ ਦੇ ਕਾਰਨ ਅਸੀਂ ਇਹ ਇਲਾਕਾ ਇੱਥੇ ਹੀ ਖੋਲ੍ਹਿਆ। ਅਤੇ ਕਿਉਂਕਿ ਇੱਥੇ ਡਰਾਈਵਰ ਬਹੁਤ ਆਉਂਦੇ ਨੇ, ਡਰਾਈਵਰਾਂ ਨੂੰ ਫੂਡ ਦੀ ਹਰ ਵਕਤ ਲੋੜ ਪੈਂਦੀ ਹੈ, ਅਸੀਂ ਰੈਸਟਰੂਮ ਵੀ ਤਿੰਨ ਬਣਵਾਏ ਨੇ ਉਹਨਾਂ ਲਈ ਤਾਂ ਕਿ ਕਿਸੇ ਵੀ, ਔਰ ਪਾਰਕਿੰਗ ਦਾ ਵੀ ਅਸੀਂ ਬੰਦੋਬਸਤ ਕੀਤਾ ਹੋਇਆ, 50 ਗੱਡੀਆਂ ਦੀ ਪਾਰਕਿੰਗ ਲਿੱਤੀ ਹੋਈ ਹੈ ਅਸੀਂ। ਅਤੇ ਇਹ ਰੈਸਟੋਰੈਂਟ ਅਸੀਂ ਜੀ ਪਿਛਲੇ ਸਾਲ ਖੋਲ੍ਹਿਆ ਔਰ ਇਹਦੇ ਵਿੱਚ ਸਾਰੀ ਤਕਰੀਬਨ ਮੈਰੀਨੇਸ਼ਨ ਜਿਨ੍ਹਾਂ ਦੀ ਵੀ, ਹਰ ਤਰ੍ਹਾਂ ਦੀ ਤੰਦੂਰੀ ਚਿਕਨ, ਫਿਸ਼ ਦੀ, ਚਿਕਨ ਟਿੱਕਾ, ਮਲਾਈ ਟਿੱਕਾ ਸਾਰੀ ਮੈਂ ਆਪ ਕਰਦਾ। ਅਤੇ ਅਸੀਂ ਹਰ ਤਰ੍ਹਾਂ ਦਾ ਸਟਾਫ ਰੱਖਿਆ ਸਾਡੇ ਕੋਲ, ਪਾਕਿਸਤਾਨ ਦੇ ਮਿਸਟਰ ਮਲਿਕ ਹੈਗੇ ਨੇ ਜਿਹੜੇ ਕਿ ਸੀ ਕੁਆਬ ਲਾਉਂਦੇ ਨੇ, ਆਈ ਡੋਂਟ ਥਿੰਕ ਸੋ ਕਿ ਉਹਨਾਂ ਤੋਂ ਬੈਟਰ ਕੋਈ ਸੀ ਕੁਆਬ ਇੱਥੇ ਕੱਟ ਸਕਦਾ। ਫਿਰ ਅਸੀਂ ਨੇਪਾਲ ਦਾ ਬੰਦਾ ਸ਼ੈੱਫ ਰੱਖਿਆ ਜਿਹੜਾ ਕਿ ਹਰ ਤਰ੍ਹਾਂ ਦਾ ਚਾਈਨੀਜ਼ ਕੁਜ਼ੀਨ ਵੀ ਤਕਰੀਬਨ ਬਣਾ ਲੈਂਦਾ। ਅਤੇ ਬਾਕੀ ਅਸੀਂ ਪੂਰਾ ਫੈਮਿਲੀ ਸਮੇਤ ਅਸੀਂ ਸਾਰੇ ਮਿਲ ਜੁਲ ਕੇ ਕੰਮ ਕਰਦੇ ਹਾਂ, ਮੈਂ ਅਤੇ ਮੇਰੀ ਵਾਈਫ, ਅਸੀਂ ਸਾਰਾ ਕੁੱਕ ਵੀ ਅਸੀਂ ਆਪ ਕਰਦੇ ਹਾਂ। ਟਾਈਮਿੰਗ ਵੀ ਸਾਡੇ ਚੰਗੇ ਹੈਗੇ, 12 ਤੋਂ ਲੈ ਕੇ ਰਾਤ ਦੀ 3 ਵਜੇ ਤੱਕ ਖੁੱਲ੍ਹੇ ਹੁੰਦੇ ਹਾਂ। ਅਤੇ ਬਿਟਵੀਨ ਦੀਸ 15 ਆਵਰਸ ਅਸੀਂ ਆਪ 8-9 ਘੰਟੇ ਰੋਜ਼ ਇੱਥੇ ਲਾਉਂਦੇ ਹਾਂ ਐਵਰੀ ਡੇ। ਅਤੇ ਬਾਕੀ ਤੁਸੀਂ ਆਪ ਦੇਖ ਸਕਦੇ ਹੋ, ਟਰਾਈ ਕਰੋ ਫੂਡ ਸਾਡਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿੱਦਾਂ ਦਾ ਅਸੀਂ ਟੇਸਟ ਦੇ ਰਹੇ ਹਾਂ। ਸੋ ਫਾਰ ਸਾਡੀ ਰੇਟਿੰਗ ਵੀ ਬਹੁਤ ਅੱਛੀ ਹੈ, ਜਿਹੜੇ ਕਸਟਮਰ ਸਾਡਾ ਫੂਡ ਬਹੁਤ ਲਾਈਕ ਕਰਦੇ ਨੇ ਅਤੇ ਆਪੇ ਹੀ ਦੱਸ ਕੇ ਜਾਂਦੇ ਨੇ, ਔਰ ਪ੍ਰਾਈਸ ਵਾਈਜ਼ ਵੀ ਸਾਡਾ ਫੂਡ ਪ੍ਰਾਈਸ ਬਹੁਤ ਕੰਪੀਟੀਟਿਵ ਹੈ। ਇੰਨੇ ਘੱਟ ਪ੍ਰਾਈਸ ਦੇ ਵਿੱਚ ਅਸੀਂ ਇੰਨੀ ਕੁਆਂਟਿਟੀ ਵੀ ਵਾਧੂ ਦਿੰਦੇ ਹਾਂ, ਕਸਟਮਰ ਦੀ ਜਿੰਨੀ ਕੁ ਡਿਮਾਂਡ ਹੋ ਸਕਦੀ ਹੈ ਅਸੀਂ ਸਾਰਿਆਂ ਨੂੰ ਪੂਰੀ ਕਰੀਦਾ। ਅਤੇ ਆਈ ਥਿੰਕ ਇਸ ਵਕਤ ਅਸੀਂ ਆਪਣੀ ਪੂਰੀ ਟਰਾਈ ਕਰ ਰਹੇ ਹਾਂ ਕਿ ਸਾਡਾ ਬਿਜ਼ਨਸ ਉੱਪਰ ਜਾਏ, ਔਰ ਮਹਾਰਾਜ ਦੀ ਕਿਰਪਾ ਨਾਲ ਆਲਰੇਡੀ ਉੱਪਰ ਜਾ ਰਿਹਾ ਹੈ। ਦਾ ਬੈਸਟ ਥਿੰਗ ਅਬਾਊਟ ਦਿਸ ਆਊਟਲੈਟ ਇਜ਼ ਕਿ ਹੁਣ ਇਹ ਜਿਵੇਂ ਅਸੀਂ ਆਲਾ ਕਾਰਟ ਦੀ ਗੱਲ ਕਰਦੇ ਹਾਂ, ਉਹ ਤਾਂ ਸਰਵ ਕਰਦੇ ਨੇ ਜੋ ਵੀ ਇੱਥੇ ਆਉਂਦਾ, ਪੈਕਿੰਗਸ ਵੀ ਇਹਨਾਂ ਦੀ ਜਾਂਦੀ ਹੈ, ਲੇਕਿਨ ਹੁਣ ਇਹ ਕੇਟਰਿੰਗ ਦੇ ਵੀ ਮਾਸਟਰ ਬਣ ਰਹੇ ਨੇ। ਸੋ ਕਿੰਨੇ ਲੋਕਾਂ ਦੀ ਕੇਟਰਿੰਗ ਕਰ ਸਕਦੇ ਨੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਸਮਾਲ ਗੈਟ ਟੂਗੈਦਰ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ
ਬਾਰਬੀਕਿਊ ਪਾਰਟੀ ਔਰਗਨਾਈਜ਼ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵੈਡਿੰਗ ਸੈਰੇਮਨੀ ਸੋਚ ਰਹੇ ਹੋ, ਈਵਨ ਇਫ ਯੂ ਹੈਵ ਬਰਥਡੇ ਸੈਲੀਬ੍ਰੇਸ਼ਨ, ਸੋ ਦੈਨ ਵੀ ਜਸਟ ਹੈਵ ਟੂ ਕਾਲ ਦਿਸ ਨੰਬਰ ਜਿਹੜਾ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ ਇਸ ਟਾਈਮ, ਔਰ ਭਾਅ ਜੀ ਨੂੰ ਕਾਲ ਲਾ ਦਿਓ, ਔਰ ਜੋ ਭਾਅ ਜੀ ਨੂੰ ਇਹ ਵੀ ਕਹਿ ਦਿਓ ਕਿ ਅਸੀਂ ਜਸ ਪੰਜਾਬੀ ਦੇ ਉੱਤੇ ਸ਼ੋਅ ਵੇਖਿਆ ਤਾਂ ਸਪੈਸ਼ਲ ਡਿਸਕਾਊਂਟ ਵੀ ਹੈ ਤੁਹਾਡੇ ਲਈ। ਸੋ ਭਾਅ ਜੀ ਕੇਟਰਿੰਗ ਵੀ ਤੁਸੀਂ ਹੁਣ ਸ਼ੁਰੂ ਕਰਤੀ ਹੈ ਨਾਲ ਨਾਲ? ਹਾਂਜੀ, ਕੇਟਰਿੰਗ ਦਾ ਜੀ ਲੋਕ ਤਕਰੀਬਨ ਮੈਂ ਇੱਥੇ ਨੋਟਿਸ ਕੀਤਾ ਕਿ ਸਾਰੇ ਆਪਣੇ ਟ੍ਰੇਆਂ 'ਚ ਲੈ ਕੇ ਜਾਂਦੇ ਨੇ, ਅਤੇ ਜਿਵੇਂ 7-8 ਵਜੇ ਦਾ ਸ਼ਾਮ ਦਾ ਪਾਰਟੀ ਦਾ ਟਾਈਮ ਹੁੰਦਾ ਅਤੇ 5 ਵਜੇ ਜਾਂ 6 ਵਜੇ ਡਿਲੀਵਰ ਕਰਾ ਦਿੰਦੇ, ਅਤੇ ਉਹ ਫੂਡ ਤਕਰੀਬਨ ਮੈਸਅਪ ਹੋ ਜਾਂਦਾ, ਨਾ ਤਾਂ ਉਹ ਗਰਮ ਤਰੀਕੇ ਨਾਲ ਰਹਿੰਦਾ, ਅਤੇ ਜੇ ਨਾਨ ਵਗੈਰਾ ਜਾਂ ਟਿੱਕੇ ਨੇ ਉਹ ਸਾਰਾ ਪਾਣੀ ਛੱਡ ਜਾਂਦਾ। ਅਤੇ ਉਹਦੇ ਲਈ ਅਸੀਂ ਸਾਰੇ ਆਪਣੇ ਕਸਟਮਰਸ ਲਈ ਨਵਾਂ, ਅਸੀਂ ਬਹੁਤ ਹੀ ਘੱਟ ਰੇਟ 'ਤੇ ਅਸੀਂ ਇੱਕ ਨਵੀਂ ਸਕੀਮ ਕੱਢੀ ਕਿ ਅਸੀਂ ਆਪ ਹੀ ਉੱਥੇ ਉਹਨਾਂ ਦੇ ਔਨ ਸਾਈਟ ਜਾ ਕੇ ਤੰਦੂਰ ਲਿਆ ਕੇ, ਈਵਨ ਚੁੱਲ੍ਹੇ ਵੀ ਅਸੀਂ ਨਾਲ ਲੈ ਕੇ ਜਾਂਦੇ ਹਾਂ, ਸਾਰੀ ਫਿਸ਼ ਵਗੈਰਾ ਸਭ ਤਾਜ਼ੀ ਉੱਥੇ ਹੀ ਕੱਢ ਕੇ ਦਿੰਦੇ ਹਾਂ, ਜੋ ਉਹਦਾ ਸਵਾਦ ਹੈ ਉਹ ਕਿਤੇ ਨਹੀਂ ਮਿਲਦਾ। ਅਤੇ ਔਨ ਸਾਈਟ ਕੈਟਰਿੰਗ 'ਚ ਲੋਕਾਂ ਨੂੰ ਪਸੰਦ ਵੀ ਬਹੁਤ ਆ ਰਹੀ ਹੈ, ਉਹਦੇ ਸੈਟਅਪ ਵੀ ਅਸੀਂ ਆਪ ਕਰਦੇ ਹਾਂ ਸਾਰਾ, ਉੱਥੇ ਟੇਬਲ ਵਗੈਰਾ ਲਗਾਉਣਾ, ਅਤੇ ਸਾਡੇ ਕੋਲ ਹੌਟ ਬਫੇ ਦੇ ਸਾਰੇ ਹੈਗੇ ਨੇ, ਵਧੀਆ ਐਂਟੀਕ ਚੀਜ਼ਾਂ ਮੰਗਵਾਈਆਂ ਹੋਈਆਂ ਸਾਰੀ ਇੰਡੀਆ ਤੋਂ, ਅਤੇ ਲੋਕਾਂ ਨੂੰ ਪਸੰਦ ਵੀ ਬਹੁਤ ਆਉਂਦਾ। ਅਤੇ ਤੰਦੂਰ ਲਿਜਾ ਕੇ ਉੱਥੇ ਨਾਨ ਸਾਹਮਣੇ ਕੱਢਣੇ, ਟਿੱਕੇ ਸਾਹਮਣੇ ਕੱਢਣੇ, ਉਹਦੇ ਵਰਗੀ ਤਾਂ ਰੀਸ ਹੀ ਕਿਤੇ ਨਹੀਂ। ਅਤੇ ਤੁਸੀਂ ਕਿੱਥੇ ਕਿੱਥੇ ਤਾਂ ਕੇਟਰਿੰਗ ਕਰ ਸਕਦੇ ਹੋ? ਹਾਂਜੀ, ਪੂਰਾ ਟ੍ਰਾਈ ਸਟੇਟ ਏਰੀਆ ਅਸੀਂ ਕਵਰ ਕਰੀਦਾ। ਸਾਡੀ ਪਿਛਲੇ ਮਹੀਨੇ ਅਸੀਂ ਵਰਜੀਨੀਆ ਜਾ ਕੇ ਆਏ ਹਾਂ, ਉਹ ਵੀ ਫੈਮਿਲੀ ਦੇ ਕਿਸੇ ਨੇ ਰੈਫਰ ਕੀਤਾ, ਸਾਡਾ ਫੂਡ ਇੱਥੋਂ ਖਾਧਾ ਸੀ, ਅਤੇ ਉਹ ਪੂਰਾ ਹਫ਼ਤੇ ਦੀ ਵੈਡਿੰਗ ਸੀ, ਅਤੇ ਫਰੋਮ ਦੇਅਰ ਬ੍ਰੰਚ ਟੂ ਡਿਨਰ ਐਵਰੀਥਿੰਗ ਵੀ ਕਵਰਡ ਇਟ ਐਂਡ ਦੇ ਲਿਕਡ ਇਟ ਟੋਟਲੀ, ਦੇ ਲਿਕ ਦੇ ਫਿੰਗਰਸ। ਸੋ ਯੂ ਕੈਨ ਡੂ ਯੋਰ ਕੇਟਰਿੰਗ ਇਨ ਈਸਟ ਕੋਸਟ ਕਿੱਥੇ ਵੀ ਅਗਰ ਹੋ ਸਕੇ? ਹਾਂਜੀ ਬਿਲਕੁਲ, ਈਸਟ ਕੋਸਟ ਸਾਰਾ ਅਸੀਂ ਕਵਰ ਕਰਦੇ ਹਾਂ, ਨਿਊ ਜਰਸੀ, ਲੌਂਗ ਆਈਲੈਂਡ ਅਤੇ ਕਨੈਕਟੀਕਟ ਤੱਕ। ਸੋ ਤੁਸੀਂ ਜੇਕਰ ਆਪਣੇ ਕਿਸੇ ਵੀ ਸ਼ਹਿਰ ਦੇ ਵਿੱਚੋਂ ਤਾਂ ਈਸਟ ਕੋਸਟ ਦੇ ਵਿੱਚ ਸਨੀ ਸੋਢੀ ਭਾਅ ਜੀ, ਜੋ ਕਿ ਇਹਨਾਂ ਦਾ ਡਿਲੀਸ਼ੀਅਸ ਫੂਡ ਹੈ ਐਂਡ ਹੀ ਇਜ਼ ਮਾਸਟਰ ਆਫ ਬੇਸਿਕਲੀ ਅ ਮੈਰੀਨੇਸ਼ਨ, ਆਈ ਕੈਨ ਸੇ ਮੈਰੀਨੇਸ਼ਨ ਸਿੰਘ ਟੂ ਹਿਮ, ਸੋ ਵੀ ਹੈਵ ਲੋਟਸ ਆਫ ਸਿੰਘ ਬਟ ਵੀ ਹੈਵ ਮੈਰੀਨੇਸ਼ਨ ਸਿੰਘ ਨਾਓ, ਸੋ ਹੀ ਕੈਨ ਗਿਵ ਲੋਟਸ ਆਫ ਮੈਰੀਨੇਸ਼ਨ ਇਨ ਡਿਫਰੈਂਟ ਟਿੱਕਾਸ ਲਾਈਕ ਚਿਕਨ ਟਿੱਕਾ ਐਂਡ ਮਲਾਈ ਟਿੱਕਾ ਐਂਡ ਦੈਨ ਦੇ ਹੈਵ ਅ ਫਿਸ਼ ਟਿੱਕਾ ਐਂਡ ਦੇ ਹੈਵ ਅਦਰ ਟਿੱਕਾਸ ਟੂ। ਮੈਨੂੰ ਹੁਣ ਮੇਰੇ ਮੂੰਹ 'ਚ ਪਾਣੀ ਆ ਰਿਹਾ ਅਤੇ ਮੈਂ ਤਾਂ ਹੁਣ ਕਰ ਰਿਹਾ ਜੀ ਟਰਾਈ, ਤੁਸੀਂ ਵੀ ਕਰਨਾ ਮੇਰੇ ਨਾਲ ਟਰਾਈ, ਤਾਂ ਆਓ ਫਿਰ ਕਰਦੇ ਹਾਂ ਇਹਨਾਂ ਦੇ ਸਪੈਸ਼ਲਿਟੀਜ਼ ਜੋ ਇਹਨਾਂ ਦੇ ਕੁਜ਼ੀਨ ਦੇ ਵਿੱਚ ਹੈ ਕੀ ਹੈ, ਆਓ ਕਰੀਏ ਟਰਾਈ। ਅਤੇ ਮਿਸਟਰ ਸੋਢੀ ਦੀ ਤਾਂ ਆਪਾਂ ਗੱਲ ਕਰ ਲਈ ਸੰਨੀ ਭਾਅ ਜੀ ਹੋਰਾਂ ਦੀ, ਲੇਕਿਨ ਕਹਿੰਦੇ ਨੇ ਕਿ ਹਰ ਇੱਕ ਸਕਸੈਸਫੁਲ ਮੈਨ ਦੇ ਪਿੱਛੇ ਇੱਕ ਵੁਮੈਨ ਦਾ ਹੱਥ ਹੁੰਦਾ, ਲੇਕਿਨ ਵੁਮੈਨ ਦਾ ਹੱਥ ਇੱਥੇ ਵੇਖ ਵੀ ਰਹੇ ਹਾਂ ਕਿ ਕਿਵੇਂ ਚੱਲ ਵੀ ਰਿਹਾ ਫਰਾਈ ਪੈਨਾਂ ਦੇ ਉੱਤੇ ਔਰ ਕਿਵੇਂ ਬਾ ਕਮਾਲ ਉਹ ਬਣਾ ਵੀ ਰਹੇ ਨੇ। ਸੋ ਮਿਸਿਸ ਸੋਢੀ ਕਿੰਨੇ ਐਕਸਾਈਟਿਡ ਨੇ ਰੌਕਵੇ ਗ੍ਰਿਲ ਨੂੰ ਲੈ ਕੇ ਔਰ ਸਪੋਰਟ ਕਰ ਰਹੇ ਨੇ ਆਪਣੇ ਹਸਬੈਂਡ ਨੂੰ ਫੋਰ ਦਿਸ ਵੰਡਰਫੁਲ ਫਰੈਂਚਾਈਜ਼ੀ ਐਂਡ ਖੁਦ ਆਪ ਇੱਥੇ ਕੰਮ ਕਰਦੇ ਹਨ ਐਂਡ ਲੈਟਸ ਸੀ ਵਟ ਸ਼ੀ ਇਜ਼ ਮੇਕਿੰਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਮੈਂ ਵੇਖ ਪਾ ਰਿਹਾ ਤੁਹਾਡਾ ਹੱਥ ਵੀ ਬੜਾ ਸੋਹਣੇ ਤਰੀਕੇ ਨਾਲ ਚੱਲ ਰਿਹਾ ਫਰਾਈ ਪੈਨ ਦੇ ਉੱਤੇ, ਮੈਨੂੰ ਪਤਾ ਕਿ ਤੁਸੀਂ ਵੀ ਬਹੁਤ ਸੋਹਣਾ ਅਤੇ ਬਹੁਤ ਵਧੀਆ ਅਤੇ ਬਹੁਤ ਸਵਾਦਿਸ਼ ਖਾਣਾ ਬਣਾ ਲੈਂਦੇ ਹੋ, ਇਸ ਟਾਈਮ ਕੀ ਬਣਾ ਰਹੇ ਹੋ? ਇਸ ਟਾਈਮ ਗੋਟ ਕਰੀ ਔਰ ਚਿਕਨ ਕੜੀ। ਸੋ ਕਿਵੇਂ ਫੀਲ ਹੁੰਦਾ ਕਿ ਸ਼ੁਰੂਆਤ ਘਰ ਤੋਂ ਹੋਈ, ਤੁਹਾਡੇ ਦੋਸਤਾਂ ਨੇ ਫਰੈਂਡਸ ਨੇ ਤੁਹਾਨੂੰ ਬੋਲਿਆ ਕਿ ਓਪਨ ਅ ਰੈਸਟੋਰੈਂਟ, ਨਾਓ ਯੂ ਹੈਵ ਅ ਫਰੈਂਚਾਈਜ਼ੀ, ਅਤੇ ਕਿਵੇਂ ਫੀਲ ਕਰਦੇ ਹੋ? ਅੱਛਾ ਫੀਲ ਕਰ ਰਹੇ ਹਾਂ, ਪਰ ਇਹਦੇ 'ਚ ਮਿਹਨਤ ਬਹੁਤ ਹੈਗੀ ਹੈ। ਮਿਹਨਤ ਨੂੰ ਫਲ ਜ਼ਰੂਰ ਲੱਗਦਾ ਕਿ ਜਦ ਕੋਈ ਵੀ ਮਿਹਨਤ ਕਰਦਾ ਤਾਂ ਸਾਡੇ ਪ੍ਰੋਗਰਾਮ ਦਾ ਵੀ ਇਹੀ ਜ਼ਰੀਆ। ਸੋ ਈਵਨ ਵੀ ਜਸਟ ਵਾਂਟ ਟੂ ਟੈਲ ਆਰ ਵਿਊਅਰਸ, ਇਫ ਯੂ ਡੂ ਅ ਹਾਰਡ ਵਰਕ ਡੈਫੀਨੇਟਲੀ ਇਟ ਵਿਲ ਪੇ ਯੂ ਬੈਕ, ਐਂਡ ਇਫ ਯੂ ਹੈਵ ਐਨੀ ਬਿਜ਼ਨਸ, ਵੈਦਰ ਇਟ ਇਜ਼ ਯੋਰ ਰੈਸਟੋਰੈਂਟ, ਵੈਦਰ ਯੂ ਰਨਿੰਗ ਅ ਗ੍ਰੋਸਰੀ ਸਟੋਰ, ਵੈਦਰ ਯੂ ਰਨਿੰਗ ਯੂ ਨੋ ਐਨੀ ਬਿਜ਼ਨਸ, ਸੋ ਹਾਰਡ ਵਰਕ ਪੇਜ਼। ਮੇਰੇ ਕਬਾਬ ਰੈਡੀ ਹੋ ਗਏ ਨੇ ਉੱਥੇ, ਫਰੋਮ ਦਾ ਤੰਦੂਰ ਪਾਰ ਆ ਚੁੱਕੇ ਨੇ, ਲੈਟਸ ਟਰਾਈ ਦਿਸ ਕਬਾਬ ਐਜ਼ ਵੈਲ। ਚਲੋ ਜੀ, ਸਨੀ ਭਾਅ ਜੀ ਨਾਲ ਆਪਾਂ ਹੁਣ ਇਸ ਟਾਈਮ ਮੁਖਾਤਿਬਾਂ ਦੇ ਨਾਲ ਉਹਨਾਂ ਦੇ ਬਣਾਏ ਹੋਏ ਸਪੈਸ਼ਲ ਮੈਰੀਨੇਟਡ ਕਬਾਬਸ, ਲੈਟਸ ਜਸਟ ਟਰਾਈ ਵਿਦ ਮਿੰਟ ਸੌਸ। ਮਿੰਟ ਸੌਸ ਵੀ ਬਹੁਤ ਵਧੀਆ ਲੱਗ ਰਹੀ ਆ। ਇਹਦੇ ਵਿੱਚ ਸਟਾਰਚ ਪਾਉਂਦੇ ਹਾਂ ਅਸੀਂ, ਬਿਲਕੁਲ ਸਟਾਰਚ ਨਹੀਂ ਪਾਉਂਦੇ, ਉਹਦੇ ਨਾਲ ਲਾਣਾ ਥੋੜ੍ਹਾ ਈਜ਼ੀ ਹੋ ਜਾਂਦਾ ਸਕਿਓਰ 'ਤੇ, ਪਰ ਇਹਦੇ ਵਿੱਚ ਦੇਖੋਗੇ ਇਹ ਜਿਹੜਾ ਮੁਲਾਇਮ ਪਨ ਹੈ ਇਹਦੇ ਕਰਕੇ ਹੀ ਹੈ। ਇਹ ਬਹੁਤ ਹੀ ਮਾਊਥ ਵਾਟਰਿੰਗ ਡਿਸ਼ ਹੈ ਸਾਡੀ, ਜਦੋਂ ਅਸੀਂ ਸ਼ੁਰੂ ਕੀਤਾ ਸੀ ਲੋਕਾਂ ਨੇ ਅਤੇ ਸਿਰਫ ਇੱਥੇ ਕਬਾਬ ਹੀ ਲਿੱਤੇ ਸਾਡੇ, ਅਤੇ ਅਸੀਂ ਇਹਨੂੰ ਇੰਡੀਵਿਜੁਅਲੀ ਵੀ ਸੇਲ ਕਰਦੇ ਹਾਂ, $3 ਅ ਪੀਸ। ਕੋਈ ਵੀ ਰੈਸਟੋਰੈਂਟ ਇੱਥੇ ਇੰਡੀਵਿਜੁਅਲੀ ਸੇਲ ਨਹੀਂ ਕਰਦਾ, ਇਹ ਤਾਂ ਪੂਰਾ ਤਕਰੀਬਨ ਔਡਰ ਹੀ ਜਾਂਦਾ, ਅਤੇ ਇੱਕ ਪੀਸ $3 ਦਾ, 3 ਪੀਸ ਅਸੀਂ $8 ਦੇ ਇਹਨੂੰ ਐਜ਼ ਏ ਦਿੰਦੇ ਹਾਂ। ਮੈਰੀਨੇਸ਼ਨ ਜਿਹੜੀ ਹੈ ਨਾ ਉਹ ਬਾਕੀ ਬੋਲ ਰਹੀ ਹੈ, ਇਹਦੇ ਵਿੱਚ ਆਈ ਕੈਨ ਫੀਲ ਐਵਰੀ ਮਸਾਲਾ, ਜਿਹਦੇ ਤੁਸੀਂ ਕਹਿ ਸਕਦੇ ਹੋ ਕਿ ਭਾਵੇਂ ਉਹ ਬਾਰਬੀਕਿਊ ਦੇ ਮਸਾਲੇ ਹੋਣ ਔਰ ਭਾਵੇਂ ਉਹ ਤੁਹਾਡੇ ਜਿਹੜੇ ਹੋਰ ਇਨਗਰੀਡੀਐਂਟਸ ਟੂ ਮੇਕ ਕਬਾਬ ਮੋਰ ਡਿਲੀਸ਼ੀਅਸ, ਉਹ ਸਾਰਾ ਫਲੇਵਰ ਮੈਨੂੰ ਇੱਕ ਇੱਕ ਮੈਨੂੰ ਅਨਾਰਦਾਨੇ ਤੱਕ ਦਾ ਫਲੇਵਰ ਵੀ ਆ ਰਿਹਾ। ਇਹਦੇ ਵਿੱਚ ਅਸੀਂ ਭੁੰਨ ਕੇ ਪਾਇਆ ਹੁੰਦਾ ਸੁੱਕਾ ਧਨੀਆ, ਉਹਨੂੰ ਪੂਰਾ ਭੁੰਨ ਕੇ ਵਿੱਚ ਇਹਦੇ ਮੈਰੀਨੇਟ ਕਰਦੇ ਹਾਂ, ਥੋੜ੍ਹਾ ਥੋੜ੍ਹਾ ਅਨਾਰਦਾਨਾ ਵੀ ਪਾਉਂਦੇ ਹਾਂ, ਅਤੇ ਜੇ ਸਪੈਸ਼ਲ ਰਿਕੁਐਸਟ ਆਏ ਤਾਂ ਅਸੀਂ ਇਹਦੇ 'ਚ ਕਾਜੂ ਵੀ ਪਾਉਂਦੇ ਹਾਂ ਅਤੇ ਮੂੰਗਫਲੀ ਵੀ ਪਾਉਂਦੇ ਹਾਂ। ਸੋ ਆਫਟਰ ਦਿਸ ਡਿਲੀਸ਼ੀਅਸ ਕਬਾਬ, ਨਾਓ ਵੀ ਹੈਵ ਫਿਸ਼ ਫਰਾਈ ਅੰਮ੍ਰਿਤਸਰ ਦੀ ਯਾਦ,
फिश अमृतसरी एंड अमृतसर की याद ताज़ा होगी जी पुल के थले फिश फ्राई नहीं मिलती आई एम गैटिंग दैट टेस्ट राइट नाउ मैं जिमें सारे दर्शकों दस रहा कि ही इज़ अ मास्टर ऑफ मैरीनेशन इन्हों का कोई पिछोकड़ नहीं सीगा रेस्टोरेंट दे विच लेकिन घर तो शुरुआत हुई अज वो घर तो शुरुआत होंदी होंदी फ्रेंचाइजी दे विच आ गई। हाँ जेकर तुसी अपने शहर दे विच रॉकवे ग्रिल की फ्रेंचाइजी भी खोलना चाहते हो कॉन्सैप्ट लिया चाहते हो भाजी होर भी तुसी हेठ लिखे नंबर के उत्ते कॉल कर सकते हो। न्यूयॉर्क अगर तुसी आए हुए हो या फिर न्यूयॉर्क आके तुसी विजिट भी करना चाहते हो एंड यू वॉन्ट टू ओपन अ फ्रेंचाइजी इन योर स्टेट सो भाजी कैन हैल्प यू फॉर दैट एंड इन का जोड़ा हद का मैजिक है वो तुहाड़ी स्टेट दे विच भी आ सकता है लेकिन तुसी हाल फिलहाल दे विच अपने केटरिंग करा सकते हो पंजाब तो लैके 500 बंदे तक की केटरिंग अवेलेबल है एंड नाउ हैव अ चिकन मलाई टिक्का लेट मी जस्ट ट्राई जिमें मैं तोड़िया तो बहुत सॉफ्ट सीगा हुण खा के वेखदा। ऑथेंटिक इंडियन फ्लेवर्स कमिंग फ्रॉम दिस टिक्का क्या बात है मैंने लगता है कि सारे मुँह से पानी आ रहा होगा एस एम टी वी देखते हुए हाँ जी पर सब तो खास गल बहुत सॉफ्ट सीगा एंड आई एम गेटिंग अ फ्लेवर ऑफ एवरी अदर इनग्रीडियंट बिल्कुल जी ये भी काफ़ी मैरीनेशन पहले तो साड़ी एटलीस्ट नाना करते भी 20 to 24 घंटे अभी रखते हैं बिफोर इट वी हैंड इट ओवर टू द कस्टमर क्योंकि इनू एटलीस्ट 3-4 घंटे मैरीनेशन करके फ्रिज रखना पैंदा तां इहदा पूरा टेस्ट डिवेलप होंदा ते साडा क्योंकि खपत बहुत हैगी है ते साडा असी रॉ मीट भी देंदे आ मैरीनेटेड मीट ते लोकी ओ भी लै जांदे आ ते एवरी 3-4 आवर सानू मैरीनेट करना पैंदा। आई रियली लाइक अबाउट दिस फ्रेंचाइजी इज दे हैव ओपन यू नो किचन सो इफ समबडी वांट्स टू स्टे फ्रॉम द रिसेप्शन एरिया फ्रॉम दैट यू नो वेटिंग एरिया दे कैन जस्ट सी द किचन व्हाट द गाइस आर मेकिंग की बना रहे ने की ओ पा रहे ने कोई अजही चीज तां नहीं यूज हो रही जो कि गंदगी है या फिर कुछ बहुत साफ सफाई भी ध्यान रखे हुआ है आई थिंक दैट्स अ रियली नाइस कॉन्सैप्ट। हाँ जी बाय न्यूयॉर्क स्टेट लॉ के हिसाब से भी सानू काफ़ी सफाई दे नाल देखना पैंदा तुसी साडा देखा कि साडी ए ग्रेड सानू मिलिया होया ते काफ़ी हेल्थ वाले आके चैकिंग वगैरह करते हैं तो इट्स नॉट ईजी टू गैट एन ए ग्रेड ते स्पेशली साडा कोई बैकग्राउंड नहीं सी कोई हेल्प नहीं सी कुछ पता नहीं सी भी कितना करना है ते इवेंचुअली एक दूजे तो पुछ के देख के असी काफ़ी मेनटेन करके रखे जी दैट्स अ नाइस कॉन्सैप्ट। जिवें कि मैं तुहानू दस रहा कि जेकर तुसी अपनी स्टेट दे विच रॉकवे ग्रिल की फ्रेंचाइजी खोलना चाहते हो या फिर तुसी केटरिंग करवाना चाहते हो तो तुसी इस हेठ लिखे नंबर के उत्ते कॉल कर सकते हो। न्यूयॉर्क क्वींस एरिया रिचमंड हिल एरिया के जे तुसी आले दुआले रहने हो तो तुसी इस हेठ लिखे नंबर के उत्ते अपने घर के विच भी खाना मंगा सकते हो तुसी इन्हां नू केटरिंग के भी ऑर्डरस दे सकते हो बहुत लाजवाब आई मस्ट से दे हैव वेरी डिलीशियस फिंगर लिकिंग कबाब्स एंड टिक्काज। नाउ इट्स टाइम टू चैक देयर ग्रेवीज एंड पंजाबियों की सब तो खास ग्रेवी केड़ी वाली बटर चिकन की ग्रेवी करांगे उस दिया भी लवांगे स्वाद लेकिन इस ब्रेक तो उस पार। सो वी आर बैक आफ्टर द शॉर्ट ब्रेक तो बटर चिकन तैयार हो रहे हैं ताता किचन दे विच लेकिन जेडे कस्टमर इन्हां दे कोल पहुंचे हुए हैं जिन्होंने फिश फ्राई खास तौर के उत्ते ऑर्डर की है अमृतसरी ਉਹ ਇਹਨਾਂ ਨੂੰ ਕਿੰਨੀ ਸਵਾਦ ਲੱਗਦੀ ਔਰ ਕਦ ਤੋਂ ਇੱਥੇ ਆ ਰਹੇ ਨੇ ਐਂਡ ਵਾਈ ਦੇ ਆਰ ਕਮਿੰਗ ਹੇਅਰ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਭਾਅ ਜੀ ਮੇਰਾ ਫਰੈਂਡ ਨਿਰਮਾੜੀ ਕੀਤਾ ਮੈਨੂੰ ਕਹਿੰਦਾ ਫੂਡ ਟੈਸਟ ਕਰਵਾਉਂਦਾ ਤਾ ਬਹੁਤ ਵਧੀਆ ਸੋ ਫਾਰ ਬਹੁਤ ਵਧੀਆ ਫਿਸ਼ ਫਰਾਈ ਕਰਾਈ ਹੈ ਹੁਣੀ ਔਰਡਰ ਸਵਾਦ ਆ। ਸੋ ਜਿਵੇਂ ਆਪਾਂ ਕਹਿ ਰਹੇ ਸੀ ਕਿ ਯਾਦ ਆ ਰਹੀ ਹੈ ਪੂਰੀ ਪੰਜਾਬ ਦੀ ਇਹਨਾਂ ਦੇ ਫੂਡ ਦੇ ਵਿੱਚ ਸੋ ਦੇ ਹੈਵ ਅ ਫਿੰਗਰ ਲਿਕਿੰਗ ਫੂਡ ਅਤੇ ਕੀ ਕਸਟਮਰਸ ਨੂੰ ਵੀ ਯਾਦ ਆਉਂਦੀ ਹੈ ਜਦੋਂ ਇੱਥੇ ਆਉਂਦੇ ਨੇ ਸੋ ਯੂ ਫੀਲ ਲਾਈਕ ਪੰਜਾਬ ਹੇਅਰ। ਹਾਂਜੀ ਹਾਂਜੀ ਇੰਡੀਆ ਜਾਈਦਾ ਉੱਥੇ ਵੀ ਇਹੋ ਜਿਹਾ ਫੂਡ ਹੁੰਦਾ ਜਿਹਨੂੰ ਚੰਡੀਗੜ੍ਹ ਪੰਜਾਬ ਆਪਣੇ ਸਾਰਾ ਪੰਜਾਬੀ ਰੈਸਟੋਰੈਂਟ ਹੈਗਾ ਸੇਮ ਟੇਸਟ ਆ ਬਾਕੀ ਆਪਣੇ ਫਰੈਂਡ ਆਉਂਦੇ ਜਾਂਦੇ ਰਹਿੰਦੇ ਇੱਥੇ ਵਧੀਆ। ਚਲੋ ਜੀ ਹੁਣ ਅੰਦਰ ਬਟਰ ਚਿਕਨ ਤਿਆਰ ਹੋ ਰਿਹਾ ਅਤੇ ਇਹ ਤਾਂ ਫਿਸ਼ ਫਰਾਈ ਇਹਨਾਂ ਨੇ ਟਰਾਈ ਕਰ ਲਈ ਸੋ ਲੈਟਸ ਟਰਾਈ ਬਟਰ ਚਿਕਨ ਗ੍ਰੇਵੀ ਬਿਕੋਜ਼ ਰੈਸਟੋਰੈਂਟ ਪੰਜਾਬੀ ਹੋਵੇ ਔਰ ਬਟਰ ਚਿਕਨ ਨਾਲ ਟਰਾਈ ਕਰੀਏ ਅਸੀਂ ਇਹ ਹੋ ਸਕਦਾ ਨਹੀਂ ਹੋ ਸਕਦਾ ਆਓ ਕਰੀਏ ਅਤੇ ਜਿੱਥੇ ਸੋਢੀ ਭਾਅ ਜੀ ਨੇ ਕਮਾਲ ਮਚਾਈ ਹੋਈ ਹੈ ਰੌਕਵੇ ਗ੍ਰਿਲ ਦੇ ਵਿੱਚ ਬਟਰ ਚਿਕਨ ਦੀ ਗ੍ਰੇਵੀ ਵੀ ਟਰਾਈ ਕਰਾਂਗੇ ਕੋਈ ਗੱਲ ਨਹੀਂ ਘਬਰਾਓ ਨਾ ਲੇਕਿਨ ਮਲਿਕ ਸਾਹਿਬ ਨੇ ਵੀ ਇੱਥੇ ਬੱਲੇ ਬੱਲੇ ਕਰਾਈ ਹੋਈ ਹੈ ਰੌਕਵੇ ਗ੍ਰਿਲ ਦੇ ਵਿੱਚ ਪਾਕਿਸਤਾਨ ਤੋਂ ਤਾਲੁਕ ਰੱਖਦੇ ਨੇ ਔਰ ਪਾਕਿਸਤਾਨ ਦੇ ਜਿਹੜੇ ਕਬਾਬ ਨੇ ਉਹ ਤਾਂ ਵੈਸੇ ਹੀ ਵਰਲਡ ਵਾਈਡ ਫੇਮਸ ਨੇ ਅਤੇ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਕਿ ਡਾਇਵਰਸਿਟੀ ਵੇਖਣ ਨੂੰ ਮਿਲਦੀ ਹੈ ਇਸ ਰੈਸਟੋਰੈਂਟ ਦੇ ਵਿੱਚ ਪੂਰਾ ਕਲਚਰ ਵੇਖਣ ਨੂੰ ਮਿਲਦਾ ਸਾਊਥ ਏਸ਼ੀਆ ਦਾ ਸੋ ਮਲਿਕ ਸਾਹਿਬ ਜਿਹਦੀ ਸਪੈਸ਼ੈਲਿਟੀ ਹੈ ਟਿੱਕੇ ਅਤੇ ਕਬਾਬ ਮੈਰੀਨੇਸ਼ਨ ਸਨੀ ਸੋਢੀ ਭਾਅ ਜੀ ਦੀ
ਅਤੇ ਵਧੀਆ ਫਿਊਜ਼ਨ ਹੈ ਭਾਰਤ ਦਾ ਅਤੇ ਪਾਕਿਸਤਾਨ ਦਾ ਰੌਕਵੇ ਗ੍ਰਿਲ ਦੇ ਵਿੱਚ ਵੇਖਣ ਨੂੰ ਮਿਲਦਾ। ਕਿੰਨੇ ਐਕਸਾਈਟਿਡ ਹੋ ਔਰ ਕਦ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ ਸੰਨੀ ਭਾਅ ਜੀ ਨਾਲ ਕੰਮ ਕਰਕੇ ਕਿਵੇਂ ਲੱਗਦਾ ਤੁਹਾਨੂੰ? ਬਸ ਜੀ, ਪਹਿਲੇ ਦਿਨ ਤੋਂ ਹੀ ਰੌਕਵੇ ਗ੍ਰਿਲ ਜਦੋਂ ਓਪਨ ਹੋਇਆ ਪਹਿਲੇ ਦਿਨ ਤੋਂ ਹੀ ਇਹਨਾਂ ਦੇ ਨਾਲ ਕੰਮ ਕਰ ਰਹੇ ਹਾਂ ਔਰ ਫੁੱਲ ਮਿਹਨਤ ਨਾਲ ਕੰਮ ਕਰ ਰਹੇ ਹਾਂ। ਅਤੇ ਵੈਸੇ ਤਾਂ ਮੈਨੂੰ ਇਸ ਫੀਲਡ 'ਚ ਤਕਰੀਬਨ 3 ਸਾਲ ਹੋ ਗਏ ਨੇ ਅਤੇ ਬੜੀ ਕੋਸ਼ਿਸ਼ ਕਰ ਰਹੇ ਹਾਂ ਔਰ ਇਨਸ਼ਾਅੱਲਾ ਦਾ ਰਿਜ਼ਲਟ ਵੀ ਅੱਛਾ ਆ ਰਿਹਾ। ਤੁਹਾਡੇ ਸਾਹਮਣੇ ਹੀ ਹੈ ਸਾਰੀ ਚੀਜ਼ਾਂ, ਤੁਸੀਂ ਵੀ ਚੈੱਕ ਕਰ ਰਹੇ ਹੋ ਅਤੇ ਮਜ਼ੀਦ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇੰਪਰੂਵਮੈਂਟ ਹੋਵੇ ਅੱਛੀ। ਸੋ ਦ ਬੈਸਟ ਥਿੰਗ ਅਬਾਊਟ ਦਿਸ ਫਰੈਂਚਾਈਜ਼ੀ ਰੌਕਵੇ ਗ੍ਰਿਲ ਇੰਡੀਅਨ ਕੁਜ਼ੀਨ ਕਿ ਫੈਮਿਲੀ ਓਰੀਐਂਟਿਡ ਫਰੈਂਚਾਈਜ਼ੀ ਹੈ, ਜਿੱਥੇ ਮਿਸਿਸ ਸੋਢੀ ਅਸੀਂ ਵੇਖੀ ਕਿ ਕਿਵੇਂ ਉਹ ਗ੍ਰੇਵੀ ਬਣਾ ਰਹੇ ਸੀਗੇ ਐਂਡ ਸ਼ੀ ਵਾਜ਼ ਆਲਸੋ ਹੈਲਪਿੰਗ ਮਿਸਟਰ ਸੋਢੀ ਅਤੇ ਨਾਲ ਉਹਨਾਂ ਦੀ ਡਾਟਰ ਵੀ ਹੁਣ ਹੈਲਪ ਕਰਦੀ ਹੈ। ਸ਼ੀ ਇਜ਼ ਡੂਇੰਗ ਲਾਅ ਵੈਸੇ ਬਾਈ ਦ ਵੇ, ਬਟ ਨਾਓ ਇਜ਼ ਇਟਸ ਵੋਕੇਸ਼ਨ, ਸੋ ਸ਼ੀ ਇਜ਼ ਹੈਲਪਿੰਗ ਹਿਸ ਡੈਡ। ਸੋ ਯੂ ਐਕਸਾਈਟਿਡ ਫੋਰ ਦੀ ਰੌਕਵੇ ਗ੍ਰਿਲ? ਯਾ, ਆਈਵ ਆਲਵੇਸ ਬੀਨ ਐਕਸਾਈਟਿਡ। ਆਈ ਥਿੰਕ ਵੀ ਸਟਾਰਟਡ ਲਾਈਕ ਅ ਈਅਰ ਅਗੋ, ਅ ਈਅਰ ਐਂਡ ਅ ਹਾਫ, ਐਂਡ ਇਟ ਵਾਸ ਆਲਵੇਸ ਮਾਈ ਡੈਡਸ ਡ੍ਰੀਮ ਟੂ ਓਪਨ ਅਪ ਅ ਰੈਸਟੋਰੈਂਟ ਐਂਡ ਵੀ ਥਾਟ ਇਟ ਵਾਸ ਆਲਵੇਸ ਗੋਇੰ ਟੂ ਸਟੇ ਅ ਡ੍ਰੀਮ, ਬਟ ਦੈਨ ਆਰ ਫਰੈਂਡਸ ਐਂਡ ਫੈਮਿਲੀ ਪੁਸ਼ਡ ਅਸ to open up a restaurant and he's working really hard and I am just really blessed to have a dad who can cook everything basically. Which is your signature dish? It's hard to choose kyunki saariyan bahut vadhiya hundiyan ne te main pehle chote hunde na fish bilkul nahi khandi si, so papa ne na ek wari ghar banayi and he said ki you know what, main apna masala pa ke tenu dikhanda te tu kha ke dekh, fir main kya nahi khani, fir unhone thoda ja kiya kha ke te dekh, fir ever since that I think salmon is my favorite. Te aaj main bas I always have fish. Yeah, so butter chicken di gravy bhi ban ke taiyar ho gayi. Thank you very much Jasmine. ਜੈਸਮਿਨ ਨੇ ਦੱਸਿਆ ਆਪਣੇ ਡੈਡ ਦੇ ਬਾਰੇ ਐਂਡ ਨਾਓ ਵੀ ਹੈਵ ਬਟਰ ਚਿਕਨ ਦੀ ਗ੍ਰੇਵੀ ਹੇਅਰ ਆਰ ਸਿਗਨੇਚਰ ਡਿਸ਼ ਆਫ ਅ ਪੰਜਾਬੀ ਕੁਜ਼ੀਨ ਰੈਸਟੋਰੈਂਟ। ਲੈ ਮੀ ਜਸਟ ਚੈੱਕ, ਵੈਸੇ ਕਲਰ ਤੋਂ ਬਹੁਤ ਸੋਹਣੀ ਲੱਗ ਰਹੀ ਹੈ ਗ੍ਰੇਵੀ, ਬਟ ਖਾ ਕੇ ਵੇਖਦੇ ਹਾਂ ਹੁਣ। ਕਾਜੂ ਮਗਜ ਦਾ ਫਲੇਵਰ ਔਰ ਆਪਣਾ ਦੇਸੀ ਸਵੈਗ ਕਹਿ ਸਕਦੇ ਹਾਂ ਆਪਾਂ ਇਸ ਬਟਰ ਚਿਕਨ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਕਈ ਸਾਰੇ ਜਿਹੜੀ ਬਟਰ ਚਿਕਨ ਦੀ ਗ੍ਰੇਵੀਆਂ ਹੁੰਦੀਆਂ ਹਨ ਹੋਰ ਰੈਸਟੋਰੈਂਟ ਦੀ, ਉਹ ਬੜੀ ਫਲੈਟ ਹੁੰਦੀਆਂ ਹਨ, ਟੋਮੈਟੋ ਪਿਊਰੀ ਦੇ ਵਿੱਚ ਉਹਨੂੰ ਕੁੱਕ ਕਰ ਦਿੱਤਾ ਜਾਂਦਾ, ਲੇਕਿਨ ਆਈ ਕੈਨ ਫੀਲ ਦਾ ਫਲੇਵਰ ਆਫ ਕਾਜੂ ਮਗਜ਼ ਦਾ ਜਿਹੜਾ ਪੇਸਟ ਜਿਹਨੂੰ ਆਪਾਂ ਵਾਈਟ ਗ੍ਰੇਵੀ ਕਹਿੰਦੇ ਹਾਂ ਉਹ ਫਲੇਵਰ ਇਹਦੇ ਅੰਦਰ ਆ ਰਿਹਾ। ਐਂਡ ਦਾ ਬੈਸਟ ਥਿੰਗ ਅਬਾਊਟ ਦਿਸ ਬਟਰ ਚਿਕਨ ਇਜ਼ ਦਾ ਮੈਰੀਨੇਟਡ ਚਿਕਨ, ਡਿਲੀਸ਼ੀਅਸ, ਮਜ਼ਾ ਆ ਗਿਆ। ਇਹਨਾਂ ਦੀ ਗੋਟ ਕਰੀ ਵੀ ਬੜੀ ਫੇਮਸ ਹੈ, ਉਹ ਵੀ ਬਣ ਕੇ ਤਿਆਰ ਹੈ ਅਤੇ ਲਓ ਭਾਅ ਜੀ ਖੁਦ ਆਪ ਲੈ ਕੇ ਆਏ ਨੇ। ਸਨੀ ਭਾਅ ਜੀ ਥੈਂਕ ਯੂ ਵੈਰੀ ਮੱਚ ਫੋਰ ਦੀ ਗੋਟ ਕਰੀ, ਬੜੀ ਡਿਲੀਸ਼ੀਅਸ ਲੱਗ ਰਹੀ ਹੈ ਭਾਅ ਜੀ। ਮੈਨੂੰ ਪਤਾ ਤੁਹਾਡੇ ਮੂੰਹ 'ਚ ਪਾਣੀ ਆ ਰਿਹਾ, ਆ ਰਿਹਾ ਨਾ, ਤਾਂ ਫਿਰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਦਿਉ, ਫਟਾਫਟ ਘਰ 'ਚ ਵਿੱਚ ਖਾਣਾ ਮੰਗਾ ਲਓ, ਜੇ ਕੇਟਰਿੰਗ ਕਰਾਉਣੀ ਹੈ ਤਾਂ ਵੀ ਕਾਲ ਕਰ ਦਿਉ ਫਟਾਫਟ। ਬੱਲੇ 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 ਭਾਅ ਜੀ, ਹੈ ਕੀ ਅਨੋਖਾ ਇਹਦੇ ਵਿੱਚ, ਮਤਲਬ ਆਈ ਕੈਨ ਫੀਲ ਦੈਟ ਫਲੇਵਰ, ਔਥੈਂਟਿਕ ਫਲੇਵਰ। ਇਹਦੇ ਵਿੱਚ ਵੀ ਬਥੇਰੀ ਚੀਜ਼ਾਂ ਨੇ, ਅਸੀਂ ਜਦੋਂ ਓਪਨ ਕੀਤਾ ਤਾਂ ਹਾਲੇ ਤੱਕ ਵੀ ਅਸੀਂ ਫਰੈਸ਼ ਗੋਟ ਲੈ ਕੇ ਆ ਰਹੇ ਹਾਂ। ਸਾਨੂੰ ਜਦੋਂ ਬਿਜ਼ਨਸ ਆਏ ਤਾਂ ਪਤਾ ਲੱਗਿਆ ਤਕਰੀਬਨ ਰੈਸਟੋਰੈਂਟ ਵਾਲੇ ਸਾਰੇ ਇੱਥੇ ਫਰੋਜ਼ਨ ਗੋਟ ਲੈਂਦੇ ਨੇ, ਜਿਹਦੀ ਕੋਸਟ ਆਲਮੋਸਟ ਹਾਫ ਪ੍ਰਾਈਸ ਪੈਂਦੀ ਹੈ। ਜਿਹੜਾ ਕਿ ਫਰੋਜ਼ਨ ਗੋਟ ਹੈ $4 ਪਰ ਪਾਉਂਡ ਮਿਲਦਾ, ਅਤੇ ਜਿਹੜਾ ਫਰੈਸ਼ ਹੈ ਉਹ ਸਾਨੂੰ ਵੀ ਰਿਟੇਲ 'ਚ 7.5 ਔਰ 8 ਤੋਂ ਥੱਲੇ ਨਹੀਂ ਮਿਲਦਾ। ਅਤੇ ਇਹ ਜਿਹੜਾ ਹੈ ਅਸੀਂ ਫਰੈਸ਼ ਗੋਟ ਯੂਜ਼ ਕਰਦੇ ਹਾਂ, ਕੋਈ ਵੀ ਰੈਸਟੋਰੈਂਟ ਵਾਲਾ ਆਈ ਡੋਂਟ ਥਿੰਕ ਸੋ ਕਿ ਐਕਸੈਪਟ ਸਿਟੀ ਦੇ ਵਿੱਚ ਕੋਈ ਚੰਗੇ ਰੈਸਟੋਰੈਂਟ ਯੂਜ਼ ਕਰਦੇ ਹੋਰ ਕੋਈ ਨਹੀਂ ਕਰਦਾ, ਇਸੀ ਕਰਕੇ ਇਹਦਾ ਟੇਸਟ ਡਿਫਰੈਂਟ ਹੁੰਦਾ। ਪਲੱਸ ਅਸੀਂ ਆਪਣਾ ਆਰਾ ਵੀ ਆਪ ਰੱਖਿਆ, ਪੂਰੇ ਦਾ ਪੂਰਾ ਗੋਟ ਲਿਆ ਕੇ ਆਪ ਹੀ ਕੱਟੀਦਾ, ਆਪ ਹੀ ਸਾਫ਼ ਕਰੀਦਾ। ਦੈਟਸ ਵਾਈ ਹੀ ਇਜ਼ ਐਕਸਪਰਟ। ਐਂਡ ਜੇਕਰ ਤੁਸੀਂ ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹੋ ਰੈਸਟੋਰੈਂਟ ਬਿਜ਼ਨਸ ਦੇ ਵਿੱਚ ਐਂਡ ਇਫ ਯੂ ਵਾਂਟ ਟੂ ਓਪਨ ਯੋਰ ਓਨ ਫਰੈਂਚਾਈਜ਼ੀ, ਇਫ ਯੂ ਵਾਂਟ ਟੂ ਡੂ ਕੇਟਰਿੰਗ, ਮਿਸਟਰ ਸੋਢੀ ਇਜ਼ ਅ ਰਾਈਟ ਗਾਇ ਟੂ ਕੈਚ। ਮਿਲਦੇ ਨਹੀਂ ਹੈਗੇ, ਬਹੁਤ ਟਾਈਮ ਕੱਢ ਕੇ ਇਹਨਾਂ ਦੇ ਕੋਲ ਆਉਣਾ ਪੈਂਦਾ, ਬਟ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ, ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ। ਯੂ ਆਰ ਜਸਟ 1 ਕਾਲ ਅਵੇ, ਕਾਲ ਇਨ ਦਿਸ ਨੰਬਰ ਐਂਡ ਜਸਟ ਆਸਕ ਫੋਰ ਮਿਸਟਰ ਸੋਢੀ, ਐਂਡ ਇਫ ਯੂ ਵਾਂਟ ਟੂ ਡੂ ਸਮ ਬੁਕਿੰਗਸ ਫੋਰ ਯੂਰ ਕੇਟਰਿੰਗ, ਵੀ ਕੈਨ ਡੂ ਕੇਟਰਿੰਗ ਬੁਕਿੰਗਸ, ਬਰਥਡੇ ਸੈਲੀਬ੍ਰੇਸ਼ਨਸ, ਮੈਰਿਜ ਐਨੀਵਰਸਰੀ, ਐਨੀ ਕਾਇੰਡ ਆਫ ਸੈਲੀਬ੍ਰੇਸ਼ਨ, ਤੁਸੀਂ ਸਿਰਫ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਇਫ ਯੂ ਆਰ ਲਿਵਿੰਗ ਨੀਅਰ ਬਾਈ ਕੁਈਨਸ ਰਿਚਮੰਡ ਹਿੱਲ ਏਰੀਆ, ਦੈਨ ਤੁਸੀਂ ਘਰ ਦੇ ਵਿੱਚ ਖਾਣਾ ਵੀ ਮੰਗਾ ਸਕਦੇ ਹੋ। ਮਿਨੀਮਮ 50 to 500 ਲੋਕਾਂ ਦੀ ਕੇਟਰਿੰਗ ਵੀ ਅਵੇਲੇਬਲ ਹੈਗੀ ਆ। ਬਿਲਕੁਲ ਜੀ, ਕੈਟਰਿੰਗ ਵੀ ਕਰਦੇ ਹਾਂ, ਰਿਚਮੰਡ ਹਿੱਲ 'ਚ ਪੂਰੀ ਡਿਲੀਵਰੀ ਵੀ ਹੈ ਸਾਡੇ ਨਾਲ। ਪੰਜਾਬੀਆਂ ਦਾ ਇਲਾਕਾ ਇਹ, ਸਾਊਥ ਓਜ਼ੋਨ ਪਾਰਕ ਪੈਂਦਾ, ਇੱਥੇ ਕਾਫੀ ਅਸੀਂ ਫੇਮਸ ਹੋ ਚੁੱਕੇ ਹਾਂ ਆਲਰੇਡੀ, ਅਤੇ ਹੁਣ ਜਮਾਇਕਾ ਕੁਈਨਸ ਹੁਣ ਜੇ
ਜਿਵੇਂ ਤੁਸੀਂ ਦੇਖ ਰਹੇ ਹੋ ਇਹ ਇਲਾਕਾ ਜਮਾਇਕਾ ਹੈ, ਤਕਰੀਬਨ ਕਾਲੇ ਇੱਥੇ ਬਹੁਤ ਨੇ ਅਤੇ ਹੁਣ ਤਾਂ ਸਾਡੇ ਕਸਟਮਰ ਕਾਲੇ ਵੀ ਬਹੁਤ ਬਣ ਗਏ ਨੇ। ਤਕਰੀਬਨ ਆਉਂਦੇ ਜਾਂਦੇ ਸਾਡੀ ਸੈਲਮਨ ਫਿਸ਼ ਉਹਨਾਂ 'ਚ ਬਹੁਤ ਮਸ਼ਹੂਰ ਹੋ ਚੁੱਕੀ ਹੈ ਅਤੇ ਇਹ ਤਕਰੀਬਨ ਕਾਲੇ ਇਲਾਕੇ ਸਾਡੇ ਜਿੰਨੇ ਵੀ ਕਸਟਮਰ ਨੇ ਉਹ ਸਾਰੇ ਸੈਲਮਨ ਸਾਡੀ ਬਹੁਤ ਫਿਸ਼ ਟਰਾਈ। ਡੈਫੀਨੇਟਲੀ ਵੀ ਕੈਨ ਸੇ ਆਰ ਰੈਸਟੋਰੈਂਟ ਵਿਦ ਅ ਡਾਇਵਰਸਿਟੀ ਐਂਡ ਦੇ ਹੈਵ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਕਮਿੰਗ ਹੇਅਰ ਟੂ ਟੇਸਟ ਯੋਅਰ ਫਿੰਗਰ ਲੀਕਿੰਗ ਫੂਡ ਐਂਡ ਆਈ ਥਿੰਕ ਵੈਨ ਯੂ ਗੈਟ ਦੈਟਸ ਅਥੈਂਟਿਕ Indian cuisine in United States of America, you feel blessed. And I'm feeling blessed to having their tikkas, their gravies, and their kebabs. Lachha paratha is there with butter chicken. Lao ji, paaji nu pata taste Punjabiyan da. So, na lachha paratha mang... Achha, lachhe paranthe di khas gal paaji. Lachhe hage ne ade vich. Nahi ta saade flat bande ne bilkul. So, let me try this lachha paratha with this authentic... ਕੁਮਾਰ ਜੀ ਸਾਡੇ ਸਪੈਸ਼ਲ ਤੰਦੂਰੀਆਂ ਨੇ, ਬਹੁਤ ਹੀ 15 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ ਅਤੇ ਇਹ ਬਹੁਤ ਵਧੀਆ ਤੰਦੂਰ ਦਾ ਕੰਮ ਕਰਦੇ ਨੇ। ਉਸਤਾਦ ਜੀ ਮਜ਼ਾ ਆ ਗਿਆ, ਵੈਰੀ ਨਾਈਸ। ਐਂਡ ਤੁਸੀਂ ਵੀ ਟਰਾਈ ਕਰਨਾ ਫੂਡ ਰੌਕਵੇ ਗ੍ਰਿਲ ਦਾ, ਯੂ ਕੈਨ ਆਲਸੋ ਕਮ ਹੇਅਰ, ਯੂ ਕੈਨ ਡਾਈਨ। ਇੱਥੇ ਲਗਭਗ 15 to 20 ਜਣਿਆਂ ਦੀ ਸਿਟਿੰਗ ਅਵੇਲੇਬਲ ਹੈ। ਇਫ ਯੂ ਆਰ ਪਲੈਨਿੰਗ ਐਨੀ ਕਿੱਟੀ ਪਾਰਟੀ ਤਾਂ ਕਿੱਟੀ ਪਾਰਟੀ ਵੀ ਤੁਸੀਂ ਪਲੈਨ ਕਰ ਸਕਦੇ ਹੋ, ਬਰਥਡੇ ਪਾਰਟੀ ਵੀ ਅਗਰ ਪਲੈਨ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਇਹੀ ਰਿਕੁਐਸਟ ਕਰ ਰਿਹਾ, ਜਸਟ ਗਿਵ ਅ ਕਾਲ ਔਨ ਦਿਸ ਨੰਬਰ, ਯੂ ਆਰ ਜਸਟ 1 call ਅਵੇ ਫੋਰ ਰੌਕਵੇ ਗ੍ਰਿਲ ਟੂ ਗਿਵ ਦੇਅਰ ਬੈਸਟ ਸਰਵਿਸ ਐਟ ਯੂਰ ਪਲੇਸ। ਸੋ ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਵੀਡੀਓ ਜਰਨਲਿਸਟ ਨਵਨੀਤ ਸਿੰਘ ਦੇ ਨਾਲ, ਜਸਟ ਪੰਜਾਬੀ ਦੇ ਲਈ ਇਸ ਬਿਜ਼ਨਸ ਆਫ ਦਾ ਵੀਕ ਦੇ ਵਿੱਚ।